27/4/23 ਨੂੰ ਵਕਤ ਕਰੀਬ 1:30 ਵਜੇ ਦਿਨੇ ਵਿਜੇ ਕੁਮਾਰ ਪੁੱਤਰ ਸ਼੍ਰੀ ਹਰੀਚੰਦ ਜਿਨ੍ਹਾਂ ਦੀ 177 ਨੰਬਰ ਦੁਕਾਨ ਹੈ ਅੜਤ ਦੀ ਉਹਤੇ ਦੋ ਅਣ ਪਛਾਤੇ ਆਦਮੀਆਂ ਨੇ ਦਾਹ ਲੈ ਕੇ ਉਹਦੀ ਕੁੱਟਮਾਰ ਕਰਕੇ ਉਹਦੀ ਦੁਕਾਨ ਦੇ ਅੰਦਰ ਉਹਨੂੰ ਲੌਕ ਕਰਕੇ ਅਤੇ ਉਹ ਤੋਂ 5,000 ਰੁਪਏ ਖੋਹ ਕਰ ਲਏ ਸੀ ਅਤੇ ਉਹਦੀਆਂ ਤਿਜੋਰੀ ਦੀਆਂ ਚਾਬੀਆਂ ਵੀ ਮੰਗੀਆਂ ਸੀ। ਸਾਹਿਬ ਉਹਦਾ ਬੇਟਾ ਜਿਹੜੀਆਂ ਚਾਬੀਆਂ ਲੈ ਕੇ ਬਾਹਰ ਗਿਆ ਹੋਇਆ ਸੀ, ਇਸ ਕਰਕੇ ਬਚਾਅ ਰਹਿ ਗਿਆ। ਉਸ ਵਿਜੇ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਮੇਰੇ ਡਿਊਟੀ ਅਫਸਰ ਐਸੀ ਸਲਵਿੰਦਰ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ। ਇਹਦੇ ਵਿੱਚ ਸੁਖਵਿੰਦਰ ਸਿੰਘ ਉਰਫ ਲਾਡੀ, ਜਿਸ ਦੇ ਘਰ ਵਾਲੀ ਸਰਪੰਚ ਹੈ, ਜੋ ਸਰਪੰਚ ਨਾਮ ਨਾਲ ਜਾਣਿਆ ਜਾਂਦਾ ਹੈ, ਪੁੱਤਰ ਜਰਨੈਲ ਸਿੰਘ ਵਾਸੀ ਰਾਮਪੁਰ ਮੰਡੇਰ, ਅਤੇ ਇਹਦਾ ਇੱਕ ਦੋਸਤ ਸੀਗਾ ਜਿਹੜਾ ਜਸਪ੍ਰੀਤ ਸਿੰਘ ਮੌਜੂ, ਪੁੱਤਰ ਜਗਸੀਰ ਸਿੰਘ ਵਾਸੀ ਕੁਲਾਣਾ, ਉਹਨੂੰ ਨਾਮਜ਼ਦ ਕੀਤਾ। ਇਹਦੇ 'ਚੋਂ ਅਸੀਂ ਜਿਹੜਾ ਸੁਖਵਿੰਦਰ ਸਿੰਘ ਲਾਡੀ ਹੈ ਇਹਨੂੰ ਗ੍ਰਿਫਤਾਰ ਕਰ ਲਿਆ। ਇਹ ਤਾਂ ਉਹ ਅਸੀਂ 4,500 ਰੁਪਏ ਦੀ ਜਿਹੜੀ ਖੋ ਹੋਈ ਸੀ ਉਹਦੀ ਰਿਕਵਰੀ ਕਰ ਲਈ ਹੈ, ਅਤੇ ਇਹਦਾ ਜਿਹੜਾ ਵਾਰਦਾਤ 'ਚ ਮੋਟਰਸਾਈਕਲ ਵਰਤਿਆ ਸੀ ਉਹ ਰਿਕਵਰ ਹੋ ਰਿਹਾ। ਦੂਸਰੇ ਦੋਸ਼ੀ ਦੀ ਤਲਾਸ਼ ਜਾਰੀ ਹੈ।